ਇੱਕ ਭਿਆਨਕ ਹਾਦਸਾ ਵਾਪਰਿਆ ਜਿੱਥੇ ਇੱਕ ਤੋਂ ਬਾਅਦ ਇੱਕ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ, ਜਿਸ ਦੌਰਾਨ ਦੋ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਚੁੱਕੇ ਨੇ ਅਤੇ ਕਈਆਂ ਨੂੰ ਮਾਮੂਲੀ ਜਿਹੀਆਂ ਸੱਟਾਂ ਲੱਗੀਆਂ ਨੇ। ਤਾਂ ਤਸਵੀਰਾਂ ਦੇਖ ਸਕਦੇ ਹੋ ਹਾਦਸੇ ਵਾਲੀ ਜਗ੍ਹਾ ਦੀਆਂ, ਜਿੱਥੇ ਟਰੱਕ ਜਿਹੜਾ ਕਿ ਮਿਰਚਾਂ ਦੇ ਨਾਲ ਭਰਿਆ ਹੋਇਆ ਸੀ, ਜਿਵੇਂ ਹੀ ਇਹ ਹਾਦਸਾ ਵਾਪਰਦਾ ਅਤੇ ਉਸ ਤੋਂ ਬਾਅਦ ਦੇ ਵਿੱਚ ਸੜਕ ਉੱਤੇ ਮਿਰਚਾਂ ਹੀ ਮਿਰਚਾਂ ਹੋ ਜਾਂਦੀਆਂ ਨੇ। ਅਤੇ ਇਸ ਦੌਰਾਨ ਜਦੋਂ ਇੱਕ ਗੱਡੀ ਦੇ ਵਿੱਚ ਦੂਜੀ ਅਤੇ ਤੀਜੀ, ਫਿਰ ਇਸ ਤਰ੍ਹਾਂ ਗੱਡੀਆਂ ਆਪਸ ਦੇ ਵਿੱਚ ਟਕਰਾਉਂਦੀਆਂ ਨੇ, ਜਿਸ ਤੋਂ ਬਾਅਦ ਦੇ ਵਿੱਚ ਗੱਡੀਆਂ ਦਾ ਮੁੱਢਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ, ਇੱਕ ਪਾਸੇ ਧੁੰਦ ਕਰਕੇ ਵੀ ਜਿਹੜੇ ਹਾਦਸੇ ਵਾਪਰਨ ਦੇ ਮਾਮਲੇ ਸਾਹਮਣੇ ਆਉਂਦੇ ਨੇ, ਪਰ ਕਿਤੇ ਨਾ ਕਿਤੇ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜਾ ਹਾਈਵੇ ਉੱਤੇ ਲਾਈਟਾਂ ਨਾ ਹੋਣ ਕਰਕੇ ਵੀ ਜਿਹੜਾ ਇਹ ਹਾਦਸਾ ਵਾਪਰਿਆ ਹੋਇਆ। ਤਾਂ ਜਿਹੜੇ ਜ਼ਖਮੀ ਨੇ ਉਹ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਨੇ। ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਹਾਦਸਾ ਖੰਨਾ GT ਰੋਡ ਦੇ ਕੋਲ ਵਾਪਰਿਆ, ਜਿੱਥੇ ਦੋ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਚੁੱਕੇ ਨੇ ਅਤੇ ਕਈਆਂ ਨੂੰ ਮਾਮੂਲੀ ਜਿਹੀਆਂ ਸੱਟਾਂ ਵੀ ਲੱਗੀਆਂ ਨੇ। ਤਾਂ ਤੁਹਾਨੂੰ ਦੇਖ ਸਕਦੇ ਤਸਵੀਰਾਂ ਦੇ ਵਿੱਚ ਕਿ ਪੁਲਿਸ ਵੀ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁੜ ਚੁੱਕੀ ਹੈ ਅਤੇ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਮੌਕੇ ਉੱਤੇ ਹੀ ਹਸਪਤਾਲ ਵਿਖੇ ਪਹੁੰਚਾਇਆ ਗਿਆ। ਤਾਂ ਮਾਮਲੇ ਨੂੰ ਲੈ ਕੇ ਹੋਰ ਜਾਣਕਾਰੀ ਕੀ ਸਾਹਮਣੇ ਆਈ ਹੈ ਸੁਣਦੇ ਹਾਂ। ਕਿਆ ਨਾਮ ਆਪਕਾ? ਸੰਦੀਪ। ਤੋ ਇਹ ਐਕਸੀਡੈਂਟ ਹੋਇਆ ਕੈਸੇ ਹੋਇਆ? ਇਹ ਉਹ ਤਾਂ ਅਸੀਂ ਸਾਹਮਣੇ ਕੰਟੇਨਰ ਚੱਲ ਰਿਹਾ ਤਾ, ਉਹਨੇ ਇੱਕਦਮ ਦਾ ਬ੍ਰੇਕ ਲਿਆ, ਹੈਂਡ ਬ੍ਰੇਕ ਮਾਰਿਆ ਉਸਨੇ, ਪਹਿਲੇ ਇੱਕ ਗਾਡੀ ਲੱਗੀ ਔਰ ਫਿਰ ਪਿੱਛੇ ਹਮਾਰੀ ਬਚਾਓ ਹਮਾਰੀ ਵੀ ਲੱਗੀ। ਅਤੇ ਕਿਤਨੀ ਗਾਡੀਆਂ ਲੱਗੀਆਂ ਜੀ? ਦੋ ਗਾਡੀਆਂ ਲੱਗੀ ਉਸ ਕੰਟੇਨਰ। ਕਹਾਂ ਸੇ ਕਹਾਂ ਜਾ ਰਹੇ ਥੇ ਆਪ? ਮੈਂ ਸੋਨੀਪਤ ਸੇ ਵਹਾਂ ਜਾ ਰਿਹਾ ਥਾ ਅੰਮ੍ਰਿਤਸਰ। ਤੋ ਕਿਤਨਾ ਨੁਕਸਾਨ ਹੋਇਆ? ਨੁਕਸਾਨ ਕੈਬਨ ਲੋਸ ਹੈ। ਤੋ ਕਿਸ ਕੀ ਗਲਤੀ ਮਾਨਤੇ ਇਸ ਕੰਟੇਨਰ ਵਾਲੇ ਕੀ ਗਲਤੀ ਹੈ? ਜੈਸੇ GT ਰੋਡ ਪੇ ਜਾ ਰਹੇ ਥੇ, ਨੈਸ਼ਨਲ ਹਾਈਵੇ ਪੇ ਲਾਈਟੇ ਜਲ ਰਹੀ ਥੀ, ਕਮੀ ਜਲ ਰਹੀ ਥੀ ਇਤਨੀ ਜਲ। ਅਗਰ ਜੇ ਲਾਈਟੇ ਜਲਤੀ ਹੁੰਦੀ ਤੋ ਹਾਦਸਾ ਟਲ ਸਕਤਾ ਥਾ ਕਿਆ? ਹਾਂ, ਬਚ ਸਕਤਾ ਥਾ। ਤੋ ਜੈਸੇ ਕਿਤਨਾ ਕਿਤਨੇ ਲੋਕਾਂ ਕੋ ਚੋਟ ਆਈ ਹੈ? ਚਾਰ ਬੰਦੇ ਕੋ ਚੋਟ ਹੈ, ਦੋ ਇੱਕ ਸੀਰੀਅਸ ਹੈ, ਜ਼ਿਆਦਾ ਕੋ ਰੈਫਰ ਹੋ ਗਿਆ। ਤੋ ਗਾੜੀਆਂ ਕਿਤਨੀ ਫੁੱਟੀਆਂ ਹੈ? ਦੋ ਦੂਸਰੀ ਮੈਂ ਵੀ ਲੋਸ ਹੈ ਪੂਰਾ, ਕੈਬਨ ਪਿਛਲੀ ਟ੍ਰੇਲੀ ਵੀ ਲੋਸ ਹੈ ਉਸ ਵੀ, ਬਸ ਵੀ ਲੱਗੀ ਹੋਈ ਹੈ। ਬਸ ਉਹ ਸਬਜ਼ੀ ਵਾਲੀ ਗੱਡੀ, ਮਿਰਚ ਵਾਲੀ ਗੱਡੀ ਮਿਲ ਗਈ। ਟੋਟਲ ਜੀ ਚਾਰ ਪੰਜ ਗਾੜੀਆਂ ਦੋਗੇ? ਚਾਰ ਪੰਜ। ਜਿਹੜੇ ਐਕਸੀਡੈਂਟ ਪੇਸ਼ੈਂਟ ਆਏ ਨੇ, ਕਿੰਨੇ ਪੇਸ਼ੈਂਟ ਆਏ ਅਤੇ ਕਦੋਂ ਦੇ ਇੰਸੀਡੈਂਟ ਹੈ? ਇਹ ਐਕਸੀਡੈਂਟ ਕੇਸ ਸਵੇਰੇ ਆਏ ਨੇ, ਲਗਭਗ 6:30 ਦੇ ਅਰਾਊਂਡ ਦੋ ਕੇਸ ਆਏ ਨੇ। ਇਹ ਐਕਸੀਡੈਂਟ ਆਪਣੇ ਹਸਪਤਾਲ ਦੇ ਸਾਹਮਣੇ ਪੁਲ ਦੇ ਉੱਪਰ ਹੋਇਆ, ਦੋ ਕੇਸ ਸੀਗੇ। ਉਹਨਾਂ ਨੂੰ ਮਤਲਬ ਫਸਟ ਏਡ ਦੇ ਕੇ ਇਲਾਜ ਕੀਤਾ ਗਿਆ ਉਹਨਾਂ ਦਾ, ਅਤੇ ਬਾਕੀ ਇੱਕ ਪੇਸ਼ੈਂਟ ਦੀ ਥੋੜ੍ਹੀ ਸੱਟ ਜ਼ਿਆਦਾ ਹੋਣ ਕਰਕੇ ਉਹਨੂੰ ਪਲਾਸਟਿਕ ਸਰਜਰੀ ਲਈ ਵੱਡੇ ਹਸਪਤਾਲ ਰੈਫਰ ਕੀਤਾ। ਉਦਾਂ ਸਟੇਬਲ ਹੈ, ਮਤਲਬ ਠੀਕ ਹੈ, ਵਾਈਟਲਸ ਵਗੈਰਾ ਸਾਰੇ ਨੋਰਮਲ ਸੀ, ਅਤੇ ਪਰ ਪਲਾਸਟਿਕ ਸਰਜਰੀ ਡਾਕਟਰ ਦੀ ਲੋੜ ਹੈ, ਉਹਦੇ ਕਰਕੇ ਉਹਨੂੰ ਵੱਡੇ ਹਸਪਤਾਲ ਭੇਜਣਾ ਪੈ ਰਿਹਾ। ਅਤੇ ਦੂਜੇ ਮਰੀਜ਼ ਦੇ ਗੋਡੇ 'ਤੇ ਸੱਟ ਹੈਗੀ ਹੈ, ਬਟ ਇਹ ਹੈ ਕਿ ਉਹ ਤਾਂ ਐਕਸਰੇ ਹੋ ਕੇ ਫਿਰ ਕੁਛ ਪਤਾ ਲੱਗੇਗਾ ਵੀ ਕਿੰਨੀ ਕੁ ਸੱਟ ਹੈ ਉਹਦੇ ਗੋਡੇ 'ਤੇ। ਥੈਂਕ ਯੂ। ਸਰ, ਇੱਕ ਕੈਂਟਰ ਸੀਗਾ ਭਰਿਆ ਵਾ ਕੈਂਟਰ ਸਬਜ਼ੀਆਂ ਨਾਲ, ਜਿਹੜੀਆਂ ਮਿਰਚਾਂ ਸੀ ਉਹਦੇ ਨਾਲ, ਬਸ ਬੱਜੀ ਸੀ ਰੋਡਵੇਜ਼ ਵਾਲਾ, ਉਹ ਸਾਰੀ ਪੱਟੜ ਹੋ ਗਈ ਜਾ ਕੇ, ਜਿਹੜੀ ਕਾਰ ਜਿਹੜੀ ਹੈਗੀ ਸੀ ਬਸ ਡੈਮੇਜ ਸੀਗੀ। ਉਹਦੇ ਨਾਲ ਉਹ ਇੱਕ ਟਰੱਕ ਸੀਗਾ ਜੀ ਕੰਟੇਨਰ ਵਾਲਾ, ਉਹਦੇ ਪਿੱਛੇ ਜੋ
ਕੈਂਟਰ ਵੱਜੇ ਜੀ, ਇੱਕ ਦੀਆਂ ਲੱਤਾਂ ਲੱਤਾਂ ਸੱਟ ਲੱਗੀਆਂ, ਜਿਹੜੇ ਪੈਰਾਂ 'ਚ ਨੇ ਜਿਹੜੇ ਲੱਤਾਂ 'ਚ ਵੀ, ਇੱਕ ਸਿਰ ਪਾਟਿਆ ਪਿਆ ਜੀ, ਅਤੇ ਦੋ ਬੰਦੇ ਸੀਗੇ ਜੀ ਉਹਨੂੰ ਕਰੇਨ 'ਚ ਫਸੇ ਪਏ ਸੀਗੇ, ਡਰਾਈਵਰ ਸੀਗੇ ਜਿਹੜੇ ਉਹ ਸਹੀ ਸਲਾਮ ਸੀ ਜੀ। ਹੁਣ ਜੀ ਅਸੀਂ ਜਿਹੜੀ ਰੋਡ ਆ ਉਹਨੂੰ ਅਸੀਂ ਕਲੀਅਰ ਕਰਾ ਰਹੇ ਹਾਂ ਜੀ, ਦੋ ਜਿਹੜੇ ਮਰੀਜ਼ ਨੇ ਉਹ ਐਡਮਿਟ ਕੀਤੇ ਹੋਏ ਨੇ ਸਿਵਲ ਹਸਪਤਾਲ। ਅਤੇ ਟੋਟਲ ਕਿੰਨੀਆਂ ਗੱਡੀਆਂ ਵੱਜੀਆਂ ਸੀ? ਗੱਡੀਆਂ ਜੀ 5 ਨੇ। ਅਤੇ ਕਿੰਨੇ ਲੋਕ ਇੰਜਰਡ ਨੇ ਇਹਦੇ 'ਚ? ਇੰਜਰਡ ਸਾਡੇ ਤੋਂ 2 ਜਿਹੜੇ ਹੈਗੇ ਸੀਗੇ, ਬਾਕੀ ਦੱਸਣਾ ਪਊਗਾ ਜੀ। ਅਤੇ ਹੁਣ ਰੋਡ ਕਲੀਅਰ ਕਰਾਤੀ? ਕਰਾ ਰਿਹਾ ਜੀ। ਅਤੇ ਕਿੰਨੇ ਕਿੰਨੇ ਕੁ ਵਜੇ ਦਾ ਹਾਦਸਾ ਇਹ? 5:30 ਵਜੇ। ਅਤੇ ਜਿਹੜੇ ਕਾਰਨ ਕੀ ਰਿਹਾ ਇਸ ਹਾਦਸੇ ਦਾ? ਕਾਰਨ ਤਾਂ ਸਰ ਜਿਹੜੀ ਟ੍ਰੈਫਿਕ ਲੰਘ ਰਹੀ ਆ ਉਹਦੇ ਨਾਲ ਬੱਸ ਵਾਲਾ ਵਿੱਚ ਉਹ ਕਰ ਗਿਆ, ਹਿੱਟ ਕਰ ਗਿਆ ਉਹਦੇ ਨਾਲ। ਅਤੇ ਜਿਹੜੀ ਨੈਸ਼ਨਲ ਹਾਈਵੇ ਹੈ ਇਹਦੇ ਲਾਈਟਾਂ ਵਗੈਰਾ ਜਿਹੜੀ ਨਹੀਂ ਚੱਲ ਰਹੀਆਂ, ਇਹਦੀ ਕਦੇ ਸ਼ਿਕਾਇਤ ਕੀਤੀ ਹੈ? ਸ਼ਿਕਾਇਤ ਕਰਦੇ ਹਾਂ ਸਰ ਜੀ, ਕੋਈ ਨਹੀਂ ਆਉਂਦਾ। ਅਤੇ ਕਿੰਨੀ ਦੇਰ ਤੋਂ ਬੰਦ ਨੇ ਲਾਈਟਾਂ ਇਹ? ਪਤਾ ਨਹੀਂ ਸਰ, ਉਦੋਂ ਜਦੋਂ ਮੈਂ ਪਹਿਲਾਂ ਐਕਸੀਡੈਂਟ ਹੋ ਗਈ 6 ਮਹੀਨੇ ਹੋ ਗਏ, ਉਦੋਂ ਕਹੇ ਸੀ ਦਿੱਗੀ। ਉਸ ਤੋਂ ਬਾਅਦ ਇਹ ਕਦੇ ਰਿਪੇਅਰ ਨਹੀਂ ਕੀਤੀ ਹੈ? ਨਹੀਂ ਜੀ, ਕੋਈ ਨਹੀਂ। ਅਤੇ ਹੁਣ ਅੱਗੇ ਫਰਦਰ ਫੇਰ ਇਹਨਾਂ ਨੂੰ ਕਰੋਗੇ? ਸਰ ਅੱਗੇ ਵੀ ਕਹਿ ਰਹੇ ਹਨ, ਜਿਹੜਾ ਆਪਣਾ ਰੋਡ ਆ ਬੱਸ ਸਟੈਂਡ ਦੇ ਉੱਪਰ ਉਹਦੇ ਟੋਆ ਪਿਆ, ਉਹਦੇ ਟਾਇਰ ਫੜਦੇ ਨੇ ਜਾ ਕੇ, ਉਹ 'ਚ ਲੁੱਕ ਵੀ ਨਹੀਂ ਪਾ ਸਕਦੇ ਨੈਸ਼ਨਲ ਵਾਲੇ ਜਿਹੜੇ।